ਹਲਕਾ ਸ਼ਾਹਕੋਟ ਵਿਖੇ ਕਾਂਗਰਸ ਪਾਰਟੀ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਜੀ ਦੇ ਦਫ਼ਤਰ ਦਾ ਸ਼ੁਭ ਉਦਘਾਟਨ ਸਰਦਾਰ ਹਰਦੇਵ ਸਿੰਘ ਜੀ ਲਾਡੀ ਸ਼ੇਰੋਵਾਲੀਆ MLA ਨੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਸਮੂਹ ਕਾਂਗਰਸੀ ਵਰਕਰ ਅਤੇ ਪਾਰਟੀ ਦੇ ਅਹੁਦੇਦਾਰ ਹਾਜ਼ਰ ਸਨ। ਸਰਦਾਰ ਹਰਦੇਵ ਸਿੰਘ ਲਾਡੀ ਨੇ ਆਖਿਆ ਕਿ ਉਹ ਹੋਣ ਵਾਲੀਆਂ ਲੋਕ ਸਭਾ ਵੋਟਾਂ ਵਿੱਚ ਚੌਧਰੀ ਸੰਤੋਖ ਸਿੰਘ ਜੀ ਵੱਧ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤਣਗੇ। ਸ਼ਾਹਕੋਟ ਤੋਂ ਜਗਦੀਪ ਰੰਧਾਵਾ ਦੀ ਰਿਪੋਰਟ। ਅੱਜ ਅਸੀਂ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਚੱਲ ਰਹੀ ਆ, ਸਾਡੇ ਕੈਂਡੀਡੇਟ ਚੌਧਰੀ ਸੰਤੋਖ ਸਿੰਘ ਦੀ ਜਿਹੜੀ ਕੰਪੇਨ ਆ ਉਹਨੂੰ ਸਰਗਰਮੀ ਕਰਨ, ਉਹਦੇ ਵਿੱਚ ਯੋਗਦਾਨ ਪਾਉਣ ਲਈ ਅਸੀਂ ਜਿਹੜੇ ਸਾਡੇ ਆਫਿਸ ਸੀ ਸ਼ਾਹਕੋਟ ਹਲਕੇ ਦੇ ਵਿੱਚ, ਸਵੇਰੇ ਪਹਿਲਾਂ ਅਸੀਂ ਲੋਹੀਆਂ ਦੇ ਵਿੱਚ ਖੋਲ੍ਹਿਆ ਦਫ਼ਤਰ, ਉਹਨਾਂ ਸ਼ਾਹਕੋਟ ਦੇ ਵਿੱਚ ਇਹਦੀ ਓਪਨਿੰਗ ਕੀਤੀ ਆ, ਔਰ ਸ਼ਾਮ ਨੂੰ 5 ਵਜੇ ਅਸੀਂ ਮਹਿਲਪੁਰ ਆਫਿਸ ਦੀ ਓਪਨਿੰਗ ਕਰਾਂਗੇ। ਇਹਦੇ ਨਾਲ ਜਿਹੜੀ ਕਾਂਗਰਸ ਪਾਰਟੀ ਦਾ ਜਿਹੜਾ ਜਿੰਨਾ ਵੀ ਅਸੀਂ ਕੰਪੇਨ ਚਲਾਉਣੀ ਆ, ਸਾਡੇ ਜਿਹੜੇ 3 ਨਗਰ ਪੰਚਾਇਤਾਂ ਤੋਂ ਜਿਹੜੇ ਇਹਨਾਂ ਦੇ ਬਲਾਕ ਨਾਲ ਰਿਲੇਟਡ ਪਿੰਡ ਆ, ਉੱਥੋਂ ਸਾਡੀ ਮੁਹਿੰਮ ਨੂੰ ਜਿਹੜਾ ਪੂਰਾ ਹੰਗਾਰਾ ਮਿਲੂਗਾ, ਔਰ ਸਾਡੇ ਜਿਹੜਾ ਪਾਰਟੀ ਵਰਕਰ ਹੈ ਇਸ ਦਫ਼ਤਰ ਨਾਲ ਸੰਪਰਕ ਕਰਕੇ ਆਪਣੀਆਂ ਪਾਰਟੀ ਦੀਆਂ ਐਕਟੀਵਿਟੀਜ਼ ਦੇ ਜਿਹੜਾ ਸੁਨੇਹਾ ਉਹ ਉੱਥੇ ਲੈ ਕੇ ਜਾਊਗਾ। ਸੋ ਇਸ ਕਰਕੇ ਅੱਜ ਤੋਂ ਪੂਰੀ ਅਸੀਂ ਜਿਹੜੀ ਕੰਪੇਨ ਆ ਉਹ ਸਰਗਰਮੀ ਦਾ ਦੇ ਦਿੱਤਾ, ਔਰ ਆ 10 ਦਿਨਾਂ ਦੇ ਵਿੱਚ ਅਸੀਂ ਪਿੰਡ ਪਿੰਡ ਘਰ ਘਰ ਕੇ ਅਸੀਂ ਘੁੰਮ ਜਾਵਾਂਗੇ। ਉਸ ਤੋਂ ਬਾਅਦ 3 ਦਿਨ ਸਾਡੇ ਚੌਧਰੀ ਸੰਤੋਖ ਸਿੰਘ ਜੀ ਨੇ ਵੀ ਹਲਕੇ ਦੇ ਵਿੱਚ ਆਉਣਾ, 8 ਤਰੀਕ ਨੂੰ, 13 ਤਰੀਕ ਨੂੰ ਔਰ 14 ਤਰੀਕ ਨੂੰ, ਔਰ ਪਿੰਡਾਂ ਦੇ ਵਿੱਚ ਔਰ ਸ਼ਹਿਰਾਂ ਦੇ ਵਿੱਚ ਉਹਨਾਂ ਨੂੰ ਲਿਆ ਕੇ ਮੀਟਿੰਗਾਂ ਕਰਾਂਗੇ, ਜਿੱਥੇ 10-10, 12-12, 15-15 ਪਿੰਡਾਂ ਦੀ ਮੀਟਿੰਗ ਹੋਊਗੀ। ਸ਼ਹਿਰਾਂ ਦੀਆਂ ਜਿਹੜੀਆਂ ਵਾਰਡ ਵਾਈਜ਼ 2-2, 3-3, 4-4 ਵਾਰਡਾਂ ਨੂੰ ਇਕੱਠੇ ਕਰਕੇ ਅਸੀਂ ਇੱਕ ਇੱਕ ਮੀਟਿੰਗ ਦਾ ਆਗਾਜ਼ ਕਰਾਂਗੇ। ਇਹਦੇ ਨਾਲ ਸਾਡੀ ਇਹ ਕੋਸ਼ਿਸ਼ ਹੋਊਗੀ ਇੱਕ ਇੱਕ ਘਰ ਤੱਕ ਸਾਡਾ ਵਰਕਰ ਪਹੁੰਚੇ, ਕਾਂਗਰਸ ਪਾਰਟੀ ਦਾ ਸੁਨੇਹਾ ਲੈ ਕੇ ਜਾਏ, ਅਤੇ ਇੱਥੋਂ ਚੌਧਰੀ ਸੰਤੋਖ ਸਿੰਘ ਦੀ ਭਾਰੀ ਜਿਹੜੀ ਜਿੱਤ ਹੋਵੇ, ਔਰ ਕਾਂਗਰਸ ਪਾਰਟੀ ਇਹ ਸੀਟ ਜਿੱਤ ਕੇ ਜਲੰਧਰ ਪਾਰਲੀਮੈਂਟ ਹੈ ਰਾਹੁਲ ਗਾਂਧੀ ਜੀ ਝੋਲੀ ਵਿੱਚ ਪਾਵੇ। ਇਹ ਸਾਡਾ ਅੱਜ ਦਾ ਮੁੱਖ ਮਕਸਦ ਹੈ।